ਦੱਸ ਹੁਣ ਨਾ ਐਵੇਂ ਇਹੋ ਜਿਹੀਆਂ ਗੱਲਾਂ ਕਰਨ ਡੇ ਆ, ਬਾਕੀ ਤੁਸੀਂ ਨਾ ਗੱਲ ਕਰਕੇ ਤਾਂ ਮੈਨੂੰ ਫੋਨ ਕਰਕੇ ਦੱਸ, ਜੇ ਨਹੀਂ ਨਾ ਤਾਂ ਮੈਂ ਸੋਹਣਾ ਚੱਲੀ ਹਾਂ ਕਿਤੇ, ਅਤੇ ਇੱਦਾਂ ਕਰਨੀ ਉਹ ਮੈਂ ਕੈਂਸਲ ਕਰ ਦੇਣੀ, ਫਿਰ ਮੈਂ ਇੱਧਰ ਨੂੰ ਆਉਂਦੀ ਹਾਂ। ਤੇਰਾ ਫੁੱਫੜ ਤਾਂ ਕਹੀ ਜਾਣ ਡਿਆ ਕਿ ਪੈੜੀ 4.5-5 ਕਿੱਲੇ ਹੈਗੀ ਆ। ਹਾਂਜੀ, ਪੈੜੀ ਦਾ ਅਸੀਂ ਕਿਹੜੀ ਵੇਖੀ ਆ ਵੀ ਕਾਗਜ਼ ਪੱਤਰੀ ਵੀ ਵਾਕਿਆ ਹੈਗੀ ਆ, ਵੀ ਕਹਿਣ ਦੀਆਂ ਕਿਹੜੀਆਂ ਗੱਲਾਂ ਵਾ? ਤੂੰ ਕਹਿਣ ਡੇ ਸੀ ਲਵਲੀ, ਤੂੰ ਦੱਸਿਆ ਨਹੀਂ ਕੋਈ ਆਊਂਗਾ ਅਤੇ ਜਾਊਂਗਾ, ਮੈਂ ਭੂਆ ਜੀ ਮੈਂ ਕੀ ਦੱਸਣਾ ਵਾ? ਤੁਹਾਡੇ ਮਨ ਵਿੱਚ ਇਹੋ ਡਰ ਆ ਨਾ ਵੀ ਕੱਲ੍ਹ ਨੂੰ ਕਿਤੇ ਦਾਜ ਨਾ ਮੰਗ ਲੈਣ, ਇਹੋ ਜਿਹੀ ਨਾ ਕੋਈ ਗੱਲ ਨਹੀਂ ਹੈਗੀ, ਜੇ ਕੋਈ ਉਹਨਾਂ ਡਿਮਾਂਡ ਹੁੰਦੀ ਨਾ ਉਹਨਾਂ ਪਹਿਲਾਂ ਦੱਸ ਦੇਣੀ ਸੀ। ਹਾਂਜੀ, ਇਹ ਗੱਲਾਂ ਸਭ ਕਹਿਣ ਦੀਆਂ ਹੁੰਦੀਆਂ ਵਾ, ਬਾਅਦ ਵਿੱਚ ਕੋਈ ਨਹੀਂ ਦਿੰਦਾ ਹੁੰਦਾ ਦਾਜ। ਹੁਣ ਤਾਂ ਤੂੰ ਸਭ ਕੁਝ ਮੰਨੀ ਜਾਣ ਡਈ ਆ ਵੀ ਮੈਂ ਦੇ ਦੂੰਗੀ, ਜੇ ਭਲਕੇ ਗੱਲਬਾਤ ਹੋ ਗਈ ਨਾ ਤਾਂ ਜ਼ਿੰਮੇਵਾਰ ਤੂੰ ਹੋਏਗੀ, ਅਸੀਂ ਮੁੰਡੇ ਦੇ ਪੈਸੇ ਭਰੇ ਆ, ਤੈਨੂੰ ਇਹ ਗੱਲ ਦਾ ਪਤਾ ਨਾ? ਮੈਂ ਪੁੱਤ ਤਾਂ ਕਹੀ ਨਹੀਂ ਆ ਵੀ ਤੁਹਾਨੂੰ ਵੀ ਉਹਨਾਂ ਦਾ ਆਸਰਾ ਲੱਗ ਗਏ, ਚੱਲ ਇਹ ਆ ਵੀ ਕਦੇ ਉੱਧਰ ਉੱਧਰ ਆਉਂਦੇ ਜਾਂਦੇ ਆ ਤਾਂ ਬੱਚਿਆਂ ਦਿਲ ਲੱਗਾ ਰਹਿੰਦਾ ਆ। ਮੁੱਖ ਦੀ ਗੱਲ ਨਾ ਲਵਲੀ ਪੁੱਤ ਇਹੋ ਹੀ ਆ ਵੀ ਰਿਸ਼ਤਾ ਅਸੀਂ ਉੱਥੇ ਕਰਨਾ ਆ, ਅਤੇ ਉਹ ਬਹੁਤ ਵਧੀਆ ਰਿਸ਼ਤਾ ਆ।